ਅੱਜ ਸਾਡੇ ਨਾਲ ਉਲਟੀ ਬਾਤ ਸਿਰਫ ਬਕਵਾਸ ਵਿੱਚ ਨੇ ਵਿਕਰਾਂਤ ਕੋਹਲੀ ਉਹਨਾਂ ਨੂੰ ਪੁੱਛੀਏ ਕਿ ਗਾਂਧੀ ਨਾਲ ਕੀ ਡਿੰਗਾ ਡਿੰਗਾ ਲੱਗਿਆ ਵਾ ਮੀਡੀਆ ਵਾਲੇ ਤਾਂ ਜਿਹੜੇ ਝੂਠ ਬੋਲਦੇ ਇਹ ਐਕਟਿੰਗ ਅਤੇ ਡਰਾਮੇ ਆਪਣੀ ਬੋਟੀ ਵਾਸਤੇ ਰੱਖ ਅਤੇ ਸਾਨੂੰ ਸੱਚੀ ਸੱਚੀ ਦੱਸ ਕੇ ਹੋਇਆ ਗੁਰਬਾਵੇ ਤੋਂ ਸੱਚੀ ਸੱਚੀ ਦੱਸਾਂ ਇਹ ਟੀ ਟਵੰਟੀ ਮੁਗੋ ਸ਼ੁਰੂ ਦਾ ਮਤਲਬ ਲੱਗਦਾ ਇਹ ਤਵਲਾ ਤਵਲਾ ਖੇਡ ਜਿਸ ਤਰ੍ਹਾਂ ਸਾਰਿਆਂ ਕੋਲ ਮੂੰਹ ਤਰਾਇਆ ਆਉਂਦਾ ਬਸ ਅੱਖਾਂ ਮੀਚ ਕੇ ਮਵਾਲੀਆਂ ਨਾਲੋਂ ਅੰਨੀ ਸ਼ਾਟਾਂ ਮਾਰਦੇ ਰਹੋ ਅਤੇ ਫਟਾਫਟ ਵਾਪਸ ਜਾਓ ਨਾ ਕੋਈ ਸੋਚ ਨਾ ਕੋਈ ਟੈਕਨੀਕ ਬਸ ਧੋਬੀਆਂ ਨਾਲੋਂ ਡਮਣੀ ਕਮਾਉਂਦੇ ਰਹੋ ਇਹ ਵਰਲਡ ਕੱਪ ਵਿੱਚ ਮਾੜੇ ਖੁਸ਼ੀ ਲੱਤ ਬੋਰਾਂ ਗੰਦ ਮਚਾਇਆ ਪਾਕਿਸਤਾਨ ਕੋਲੋਂ ਇੱਕ ਵਿਕਟ ਵੀ ਨਾ ਕਹਿ ਸਕੇ ਮੁੱਕ ਵਰਲਡ ਕੱਪ ਕੇ ਦਿੰਦੇ ਮੈਂ 3 ਦਿਨ ਫਿਰਨਾ ਵਿੱਚ ਮੂੰਹ ਪਾ ਕੇ ਰੋਂਦਾ ਰਿਹਾ ਅਤੇ ਆਖਿਰ ਵਿੱਚ ਟੀ ਟਵੰਟੀ ਦੀ ਕੈਪਟਨਸ਼ਿਪ ਛੱਡ ਦਿੱਤੀ ਅਤੇ ਫਿਰ ਮੈਨੂੰ ਗਾਂਗਲੀ ਦਾ ਤਾਲ ਦੇਖ ਕੇ ਸਮਝ ਆ ਗਈ ਕਿ ਇਸ ਜਵਾਨੀ ਮਰਗ ਦੇ ਹਾਕ ਦੇ ਵਿੱਚ ਕਿਝ ਕਾਲਾ ਮਿਕਸ ਹੋਇਆ ਓਹੋ ਉੱਠ ਰਿਹਾ ਹਾਕ ਵਿੱਚ ਨਹੀਂ ਦਾਲ ਵਿੱਚ ਕਾਲਾ ਦਾਲ ਖਾਵਣ ਮਾੜੇ ਦੁਸ਼ਮਣ ਵਾ ਅਤੇ ਮੁੱਕੋ ਟੋਕੜਾ ਬੰਦ ਕਰ ਮੁੱਕੋ ਚਾਪਣਾ ਚਾੜ ਮਤ ਸਾਰੇ ਕਸਰਾ ਟੁੱਟ ਤੇ ਕੱਢ ਦੇਵਾਂ ਨੋ ਨੋ ਮੋਇਆ ਮੇਰੇ ਨਾਲ ਠਮੀਜ਼ ਨਾਲ ਗੱਲ ਕਰ ਛੋ ਸਮਝ ਆਏ ਹਵਾ ਮਖੌਲ ਕਰਦਾ ਹੀ ਗਾਂਗਲੀ ਸੁਰਾ ਮਾੜੇ ਪਿੱਛੇ ਪੈਦਾ ਜੀ ਮੈਂ ਉਸਦੇ ਵਿਆਹ ਤੇ ਨਿੰਦਰ ਨਹੀਂ ਪਾਇਆ ਉਹ ਮੂੰਹ ਆਖਸੀ ਲਾਲ ਬਾਲ ਨਾ ਖੇਲਾ ਚਿੱਟੀ ਬਾਲ ਨਾ ਖੇਲਾ ਆਪੇ ਸੋਰੀ ਦਾ ਟੈਨਿਸ ਬਾਲ ਨਾਲ ਆਊਟ ਹੁੰਦਾ ਰਿਹਾ ਟੈਸਟ ਕ੍ਰਿਕਟ ਦੀ ਕਪਤਾਨੀ ਕਿਉਂ ਛੱਡੀ ਠੂ ਹਵਾ ਸਾਊਥ ਅਫਰੀਕਾ ਝੋਲ ਹੋ ਗਈ ਉੱਥੇ ਹਾਰ ਗਿਆ ਅਤੇ ਮੈਨੂੰ ਪਤਾ ਸੀ ਇਹ ਜਵਾਨੀ ਮਰ ਗਾਂਗਲੀ ਆ ਕੇ ਮਾੜੀ ਕਾਂਗਲੀ ਤਾਂ ਪਾਣੀ ਜ਼ਰੂਰ ਪਾਸੀ ਛਨਵਾਵੀ ਟੂਵੀ ਅਤੇ ਟੋਨੀ ਅਤੇ ਖੂਬਲੇ ਨੂੰ ਖੁਡਲਾ ਲਾਇਆ ਸਰ ਠੁਗੋ ਆਪਣੀ ਵਾਰੀ ਆਈ ਅਤੇ ਪਿੱਟੇ ਲੱਗੇ ਦੇ ਦੂਜਿਆਂ ਦੀ ਕਾਂਗੜੀ ਵਿੱਚ ਉਂਗਲਾਂ ਮਾਰਨ ਨਾਲ ਆਪਣੇ ਹੱਥ ਵੀ ਸੜ ਜਾਂਦੇ ਪਿਛਲੇ ਥਿਆੜੇ ਡੀ ਆਰ ਆਰ ਦੀ ਕੰਟਰੋਵਰਸੀ ਵੀ ਹੋਈ ਲੋਕ ਆਖੇ ਟੂ ਬਟਮੀਜ਼ ਨੇ ਗੱਲ ਨਹੀਂ ਸੁਣਦਾ ਠੁਕੋ ਪੇਸ਼ੈਂਸ ਨਹੀਂ ਚੱਲ ਮਾਏ ਮਾੜੇ ਐਸੇ ਦਿਹਾੜੇ ਆ ਗਏ ਕਿ ਤੇਰੇ ਜੈਸੇ ਰੋਂਦੂ ਮੁਗੋ ਪੇਸ਼ੈਂਸ ਅਤੇ ਤਮੀਜ਼ ਦਾ ਲੈਕਚਰ ਦੇ ਸੀ ਆਪੇ 2 ਸਾਲ ਹੋ ਗਏ ਨੇ ਇਲੈਕਸ਼ਨ ਆ ਰਹੇ ਹਾਂ ਅਤੇ ਬਦਤਮੀਜ਼ ਬੱਚੇ ਨਾਲੋਂ ਜ਼ਿੱਦ ਕਰਕੇ ਪਿੱਟ ਸੇ ਆਪਾਂ ਪਾਏ ਦੀ ਤੁਹਾਡੇ ਕੋਲੋਂ ਲੈਕਚਰ ਸੁਣਨ ਦਾ ਮਤਲਬ ਸੁਣੇ ਡੀ ਓਲ ਕੋਲੋਂ ਡਾਂਸ ਅਤੇ ਕੰਗਣਾ ਨਰੋਤ ਕੋਲੋਂ ਤਮੀਜ਼ ਸਿੱਖਣੀ ਹੇ ਸੋਰੀ ਡਿਆ ਇੱਕ ਬਕਵਾਸ ਕਿੱਥੇ ਲੱਗੇ ਨੇ ਤੂੰ ਮੇਰੇ ਪਿੱਛੇ ਕਿਵੇਂ ਪੈ ਗਏ ਮੈਨੂੰ ਕੀ ਛੱਟੇ ਪਏ ਮੈਨੂੰ ਫੋਨ ਆਇਆ ਸੀ ਕਿ ਆ ਕੇ ਇੱਦਾਂ ਇੰਟਰਵਿਊ ਕਰੋ ਅਤੇ ਮੈਂ ਮੰਨ ਗਿਆ ਮੈਂ ਬੇਸਟ ਕਰਾਂਟ ਹੋਈ ਆਇਆ ਤੁਸੀਂ ਲੜੋ ਮਰੋ ਮੈਨੂੰ ਕੋਈ ਛੱਟ ਨਹੀਂ ਹੈ ਮੈਂ ਚੱਲਦਾ ਮੈਂ ਖੰਗਣਾ ਖੰਚਰੀ ਦਾ ਇੰਟਰਵਿਊ ਵੀ ਲੈਣਾ ਥੈਂਕ ਯੂ ਵੈਰੀ ਮੱਚ